ਇੱਕ 13 ਸਹਾਰਾ ਗਾਣ ਵਾਲੇ ਗੈਰੀ ਸੰਧੂ ਨੂੰ ਲੋਹੜੀ ਤੇ ਲੱਗਾ ਇਹ ਗਹਿਰਾ ਸਦਮਾ। ਉਹਨਾਂ ਦਾ ਸਭ ਤੋਂ ਵੱਡਾ ਸਹਾਰਾ ਉਹਨਾਂ ਦੇ ਪਿਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ। ਗੈਰੀ ਸੰਧੂ ਦੇ ਪਿਤਾ ਸੋਹਣ ਸਿੰਘ ਸੰਧੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਲੋਹੜੀ ਦੇ ਦਿਨ ਗੈਰੀ ਸੰਧੂ ਨੂੰ ਇਹ ਮੰਦਭਾਗੀ ਖਬਰ ਮਿਲੀ। ਇਸ ਤੋਂ ਬਾਅਦ ਪਰਿਵਾਰ 'ਚ ਮਾਨੋ ਮਾਤਮ ਛਾ ਗਿਆ। ਗੈਰੀ ਸੰਧੂ ਦੀ ਸਫਲਤਾ ਦੇ ਪਿੱਛੇ ਉਹਨਾਂ ਦੇ ਪਿਤਾ ਸੋਹਣ ਸਿੰਘ ਦਾ ਇੱਕ ਵੱਡਾ ਹੱਥ ਸੀ, ਪਰ ਉਹਨਾਂ ਦਾ ਸਾਇਆ ਉੱਠਣ ਤੋਂ ਬਾਅਦ ਗੈਰੀ ਸੰਧੂ ਵੀ ਕੰਮ 'ਚ ਡੁੱਬ ਗਿਆ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੈਰੀ ਸੰਧੂ ਦੇ ਆਪਣੇ ਪਿਤਾ ਨਾਲ ਬਿਤਾਏ ਗਏ ਕੁਝ ਪਲ। ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ। ਠੀਕ ਹੈ ਤੇ ਬਾਪੂ ਜੀ, ਤੁਸੀਂ ਫਿਰ ਮਿਸ ਨਹੀਂ ਸੀ ਕਰਦੇ? ਯਾਦ ਨਹੀਂ ਸੀ ਆਉਂਦੀ? ਯਾਦ ਤਾਂ ਬਹੁਤ।